ਵੈਲਕਮ ਸਟੂਡੈਂਟਸ, ਅੱਜ ਤੋਂ ਅਸੀਂ ਪੰਜਾਬ ਜੀਕੇ ਸੀਰੀਜ਼ ਸ਼ੁਰੂ ਕਰ ਰਹੇ ਹਾਂ। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪੰਜਾਬ ਦਾ ਭੂਗੋਲ ਦੇਖਾਂਗੇ, ਜੋਗ੍ਰਾਫੀ ਆਫ ਪੰਜਾਬ। ਸਭ ਤੋਂ ਪਹਿਲਾਂ ਅਸੀਂ ਭੂਗੋਲਿਕ ਢਾਂਚਾ ਜਿਹੜਾ ਉਹਦੇ ਬਾਰੇ ਗੱਲ ਕਰਾਂਗੇ। ਕੁੱਲ ਖੇਤਰਫਲ ਪੰਜਾਬ ਦਾ ਸਭ ਤੋਂ ਪਹਿਲੀ ਗੱਲ ਇਹ ਆਉਂਦੀ ਆ ਕਿੰਨਾ ਹੈ, 50,362 ਵਰਗ ਕਿਲੋਮੀਟਰ। ਇਹ ਭਾਰਤ ਦਾ 1.53% ਹਿੱਸਾ ਹੈ। ਪੇਂਡੂ ਖੇਤਰਫਲ ਕਿੰਨਾ ਹੈ ਪੰਜਾਬ ਦੇ ਵਿੱਚ, 48,265 ਵਰਗ ਕਿਲੋਮੀਟਰ, ਜਿਹੜਾ ਕਿ ਕੁੱਲ ਦਾ 95.83% ਹਿੱਸਾ ਹੈ। ਸ਼ਹਿਰੀ ਖੇਤਰ ਕਿੰਨਾ ਹੈ, 2,097 ਵਰਗ ਕਿਲੋਮੀਟਰ 'ਚ ਪੰਜਾਬ ਦੇ ਵਿੱਚ ਸ਼ਹਿਰੀ ਖੇਤਰ ਫੈਲਿਆ ਹੋਇਆ ਹੈ, ਜਿਹੜਾ ਕਿ ਕੁੱਲ ਰਕਬੇ ਦਾ 4.16% ਹਿੱਸਾ ਬਣਦਾ ਹੈ। ਖੇਤਰ ਕਿੰਨੇ ਨੇ ਪੰਜਾਬ ਦੇ ਵਿੱਚ, 3 ਖੇਤਰ ਨੇ, ਮਾਝਾ, ਦੁਆਬਾ ਅਤੇ ਮਾਲਵਾ। ਹੁਣ ਇਹਦਾ ਲੈਟੀਟਿਊਡ ਵਿਤਕਾਰ, ਲੌਂਗੀਟਿਊਡ ਲੰਬਦਾਰ, ਇਹਨਾਂ ਦੀ ਗੱਲ ਕਰਦੇ ਹਾਂ ਅਸੀਂ। ਜਿਹੜਾ ਲੈਟੀਟਿਊਡ ਆ ਇਹਦਾ ਵਿਤਕਾਰ ਆ ਜਿਹੜਾ 29°30' ਉੱਤਰ ਤੋਂ ਲੈ ਕੇ 32°32' ਉੱਤਰ ਤੱਕ ਫੈਲਿਆ ਹੋਇਆ ਹੈ। ਜਿਹੜਾ ਲੌਂਗੀਟਿਊਡ ਆ ਉਹ 73°55' ਤੋਂ ਲੈ ਕੇ ਪੂਰਬ ਤੋਂ ਲੈ ਕੇ 76°50' ਪੂਰਬ ਤੱਕ ਫੈਲਿਆ ਹੋਇਆ ਹੈ। ਔਸਤ ਵਰਖਾ ਦੀ ਗੱਲ ਕਰ ਲਈਏ ਜੇ ਪੰਜਾਬ ਦੇ ਵਿੱਚ, ਤਾਂ ਔਸਤ ਵਰਖਾ ਹੈ ਜਿਹੜੀ ਉਹ 578.6 ਮਿਲੀਮੀਟਰ ਜਿਹੜੀ ਆ ਸਾਲਾਨਾ। ਜੰਗਲ ਦਾ ਕਵਰ ਏਰੀਆ 3.67% ਪੰਜਾਬ, ਅਤੇ 1,848 ਵਰਗ ਕਿਲੋਮੀਟਰ। ਜੰਗਲ ਦਾ ਰਿਕਾਰਡ ਏਰੀਆ ਜਿਹੜਾ ਪੰਜਾਬ ਦਾ 6.12 ਜਿਹੜਾ ਪ੍ਰਸੈਂਟ ਆ ਰਿਕਾਰਡਡ ਏਰੀਆ ਹੈ ਜੰਗਲ ਦਾ, 3,084 ਵਰਗ ਕਿਲੋਮੀਟਰ ਇਹ ਬਣਦਾ ਹੈ। ਫਸਲ ਦੀ ਤੀਬਰਤਾ ਜਿਹੜੀ ਆ 190% ਫਸਲ ਦੀ ਤੀਬਰਤਾ ਹੈ। ਪੰਜਾਬ ਨੂੰ 3 ਖੇਤਰਾਂ ਮਾਝਾ, ਦੁਆਬਾ, ਮਾਲਪਾ ਖੇਤਰ ਵਿੱਚ ਵੰਡਿਆ ਗਿਆ ਹੈ। ਮਾਝਾ ਖੇਤਰ ਕਿਹੜਾ ਹੈ, ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਦਾ ਖੇਤਰ ਆ ਜਿਹੜਾ ਉਹ ਮਾਝਾ ਖੇਤਰ ਆ। ਮਾਝਾ ਖੇਤਰ 4 ਜ਼ਿਲ੍ਹੇ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ। ਦੁਆਬਾ ਖੇਤਰ ਦੀ ਗੱਲ ਕਰੀਏ ਜੇ, ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਫੈਲੇ ਹੋਏ ਇਲਾਕੇ ਨੂੰ ਦੁਆਬਾ ਖੇਤਰ ਬੋਲਿਆ ਜਾਂਦਾ ਹੈ। ਇਹਦੇ 4 ਜ਼ਿਲ੍ਹੇ ਨੇ ਜਿਹੜੇ ਉਹ ਹੈਗੇ ਨੇ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਨਵਾਂਸ਼ਹਿਰ। ਮਾਲਵਾ ਖੇਤਰ ਪੰਜਾਬ ਦਾ ਦੱਖਣੀ ਹਿੱਸਾ, ਸਤਲੁਜ ਦਰਿਆ ਦੇ ਹੇਠਾਂ ਜਿਹੜਾ, ਅਤੇ ਇਹਦੇ ਵਿੱਚ ਬਾਕੀ ਸਾਰੇ ਜ਼ਿਲ੍ਹੇ ਨੇ ਜਿਹੜੇ ਉਹ ਮਾਲਵਾ ਖੇਤਰ, 14 ਜ਼ਿਲ੍ਹੇ ਆਉਂਦੇ ਨੇ। ਤਰਭੂਮੀ ਦੀ ਗੱਲ ਕਰਦੇ ਹਾਂ ਅਸੀਂ, ਤਰਭੂਮੀ ਦੇ ਵਿੱਚ ਜਿਹੜੀ ਅੰਤਰਰਾਸ਼ਟਰੀ ਮਹੱਤਤਾ ਵਾਲੀ ਤਰਭੂਮੀ ਆ ਉਹਦੇ ਵਿੱਚ ਹਰੀਕੇ ਤਰਭੂਮੀ ਹੈ ਜਿਹੜੀ 462, ਇਹਦਾ ਰਾਮਸਰ ਸਾਈਟ ਨੰਬਰ ਆ, ਰਾਮਸਰ ਸਾਈਟ ਨੰਬਰ ਆ ਜਿਹੜਾ ਉਹ ਹਰੀਕੇ ਤਰਭੂਮੀ ਦਾ 462 ਆ। ਇਹਦਾ ਨਿਰਮਾਣ ਜਾਂ ਬਣਤਰ ਕਿਹਦੇ ਦੁਆਰਾ ਹੋਈ, ਮਨੁੱਖ ਦੁਆਰਾ। ਇਹਦਾ ਏਰੀਆ ਕਿਹੜਾ ਕਿਹੜਾ ਹੈ, ਫਿਰੋਜ਼ਪੁਰ, ਕਪੂਰਥਲਾ ਅਤੇ ਤਰਨ ਤਾਰਨ, ਇਹ ਹਰੀਕੇ ਤਰਭੂਮੀ ਦੇ ਅੰਦਰ ਆਉਂਦਾ ਹੈ। ਫਿਰ ਕਾਂਜਲੀ ਤਰਭੂਮੀ ਆ, ਕਾਂਜਲੀ ਤਰਭੂਮੀ ਦਾ ਜਿਹੜਾ ਸਾਈਟ ਨੰਬਰ ਆ ਉਹ 1160 ਆ। ਜਿਹੜਾ ਇਹਦਾ ਨਿਰਮਾਣ ਆ ਇਹ ਵੀ ਮਨੁੱਖਾਂ ਦੁਆਰਾ ਹੋਇਆ ਹੈ, ਅਤੇ ਜਿਹੜਾ ਇਹਦਾ ਖੇਤਰ ਆ ਜਾਂ ਏਰੀਆ ਉਹ ਕਪੂਰਥਲਾ ਏਰੀਆ ਇਸ ਦਾ ਬਣਦਾ ਹੈ। ਜਿਹੜਾ ਇਹ ਰਿਪੋਰਟ ਆ ਸਾਰੀ ਇੰਡੀਆ ਸਟੇਟ ਆਫ ਫੋਰੈਸਟ ਰਿਪੋਰਟ ਅਨੁਸਾਰ ਆ ਇਹ
ਹਾਲਾਂਕਿ ਇਹ ਅੰਕੜਾ ਜਿਹੜਾ ਇਹ ਪੰਜਾਬ ਅੰਕੜਾ ਸਾਰਾ ਜਿਹੜਾ ਉਸ ਦੇ ਮੁਤਾਬਿਕ 4.85% 2442 ਵਰਗ ਕਿਲੋਮੀਟਰ ਬਣਦਾ ਏ। ਅੱਗੇ ਜਿਹੜੀ ਰੋਪੜ ਸਿਲੀਧਰ ਭੂਮੀ ਆ 1161 ਜਿਹੜਾ ਇਹਦਾ ਸਾਈਟ ਨੰਬਰ ਆ, ਮਨੁੱਖ ਦੁਆਰਾ ਨਿਮਰਤ ਆ, ਅਤੇ ਰੋਪੜ ਜਿਹੜਾ ਇਹਦਾ ਏਰੀਆ ਏ। ਨੰਗਲ ਧਰ ਭੂਮੀ 2407 ਸਾਈਟ ਨੰਬਰ, ਮਨੁੱਖ ਦੁਆਰਾ ਬਣਾਈ ਗਈ, ਅਨੰਦਪੁਰ ਸਾਹਿਬ ਦਾ ਏਰੀਆ ਏ। ਬਿਆਸ ਕੰਜ਼ਰਵੇਸ਼ਨ ਰਿਜ਼ਰਵ 2408 ਸਾਈਟ ਨੰਬਰ ਆ ਇਹਦਾ, ਕੁਦਰਤੀ ਬਣੀ ਹੋਈ ਹੈ ਇਹ, ਬਿਆਸ ਨਦੀ ਦੇ ਨਾਲ 185 ਕਿਲੋਮੀਟਰ ਆ। ਕੇਸ਼ੋਪੁਰ ਮਿਆਣੀ ਇਹ 2412 ਸਾਈਟ ਨੰਬਰ ਆ ਇਹਦਾ, ਇਹ ਵੀ ਕੁਦਰਤੀ ਬਣੀ ਹੋਈ ਹੈ ਅਤੇ ਗੁਰਦਾਸਪੁਰ ਏਰੀਏ ਦੇ ਵਿੱਚ ਆਉਂਦੀ ਹੈ। ਅੱਗੇ ਰਾਸ਼ਟਰੀ ਵੇਟਲੈਂਡ ਨੇ ਜਿਹੜੇ, ਇਹਨਾਂ ਦੇ ਵਿੱਚ ਰਣਜੀਤ ਸਾਗਰ ਤਰ ਭੂਮੀ ਆਉਂਦੀ ਆ ਜਿਹੜੀ ਆਦਮੀ ਦੁਆਰਾ ਬਣਾਈ ਗਈ ਹੈ, ਅਤੇ ਗੁਰਦਾਸਪੁਰ ਜਿਹੜਾ ਇਹ ਏਰੀਆ ਉਹਦੇ ਵਿੱਚ ਆ। ਇਹ ਰਾਜ ਪੱਧਰੀ ਵੇਟਲੈਂਡ ਨੇ ਜਿਹੜੇ, ਉਹਦੇ ਵਿੱਚ ਜਸਤਰਵਾਲ ਤਰ ਭੂਮੀ ਕੁਦਰਤੀ ਆ, ਅੰਮ੍ਰਿਤਸਰ ਏਰੀਏ 'ਚ ਆਉਂਦੀ ਆ। ਕਾਨੂੰਵਾਨ ਸ਼ੰਭੂ ਤਰ ਭੂਮੀ ਕੁਦਰਤੀ ਬਣੀ ਹੋਈ ਆ ਔਰ ਗੁਰਦਾਸਪੁਰ ਏਰੀਏ 'ਚ ਆਉਂਦੀ ਆ। ਮੰਡ ਭਰਥਲਾ ਤਰ ਭੂਮੀ ਕੁਦਰਤੀ ਬਣੀ ਹੋਈ ਆ, ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਆਉਂਦੀ ਆ। ਢੋਲਵਾਹਾ ਤਰ ਭੂਮੀ ਇਹ ਆਦਮੀ ਦੁਆਰਾ, ਮਨੁੱਖ ਦੁਆਰਾ ਬਣਾਈ ਗਈ ਹੈ, ਅਤੇ ਹੁਸ਼ਿਆਰਪੁਰ ਜਿਹੜਾ ਏਰੀਆ ਹੈ ਉੱਥੇ ਇਹ ਆਉਂਦੀ ਹੈ। ਅੱਗੇ ਜੰਗਲੀ ਜੀਵ ਸੈਂਚਰੀਆਂ ਦੀ ਗੱਲ ਕਰ ਲਈਏ ਅਸੀਂ, ਜੀਵ ਵਿਗਿਆਨਕ ਬਾਗ ਅਤੇ ਬਨਸਪਤੀ ਬਾਗ ਰਿਜ਼ਰਵ ਆਦਿ, ਇਹਨਾਂ ਸਾਰਿਆਂ ਦੀ ਗੱਲ ਕਰਾਂਗੇ ਅਸੀਂ। ਤਾਂ ਪਹਿਲਾਂ ਜੰਗਲੀ ਜੀਵਨ ਸੈਂਚਰੀਆਂ ਦੀ ਗੱਲ ਕਰਦੇ ਹਾਂ। ਜੰਗਲੀ ਜੀਵ ਸੈਂਚਰੀਆਂ ਦੇ ਨਾਮ ਨੇ ਜਿਹੜੇ, ਬੀੜ ਐਸ਼ਵਾਨ ਆ ਜਿਹੜੀ, ਉਸ ਸ਼ਹਿਰ ਸੰਗਰੂਰ ਦੇ ਵਿੱਚ ਆ, ਸਥਾਪਨਾ ਇਹਦੀ ਹੋਈ ਸੀ 1952 ਦੇ ਵਿੱਚ। ਭਾਦਸੋਂ ਦੀ ਬੀੜ ਆ ਜਿਹੜੀ ਪਟਿਆਲਾ ਦੇ ਵਿੱਚ ਮੌਜੂਦ ਆ, 1952 ਦੇ ਵਿੱਚ ਸਥਾਪਨਾ ਹੋਈ ਸੀ। ਬੀੜ ਭੁੰਨਰ ਹੇੜੀ ਇਹ ਵੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਆਉਂਦੀ ਆ, 1952 ਦੇ ਵਿੱਚ ਸਥਾਪਨਾ ਹੋਈ ਇਹਦੀ ਵੀ। ਬੀੜ ਦੁਸਾਂਝ ਇਹ ਵੀ ਪਟਿਆਲਾ ਦੇ ਵਿੱਚ ਆਉਂਦੀ ਆ ਅਤੇ 1952 'ਚ ਬਣੀ ਸੀ। ਬੀੜ ਮਿਹਾਸ ਵਾਲਾ ਇਹ ਵੀ ਪਟਿਆਲਾ ਦੇ ਵਿੱਚ ਆਉਂਦੀ ਹੈ ਅਤੇ 1952 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ। ਬੀੜ ਮੋਤੀ ਬਾਗ ਇਹ ਵੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਆਉਂਦੀ ਹੈ ਅਤੇ 1952 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ। ਬੀੜ ਗੁਰਦਿਆਲਪੁਰਾ ਇਹ ਵੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਆਉਂਦੀ ਹੈ ਅਤੇ 1977 ਦੇ ਵਿੱਚ ਇਹ ਬਣੀ ਸੀ। ਹਰੀਕੇ ਝੀਲ ਨਿਹਾਲਪੁਰ ਅਤੇ 1982 ਦੇ ਵਿੱਚ ਬਣੀ। ਤਖਨੀ ਰਹਿਮਪੁਰ ਹੁਸ਼ਿਆਰਪੁਰ ਦੇ ਵਿੱਚ 1992 ਦੇ ਵਿੱਚ ਬਣੀ। ਅਬੋਹਰ ਜਿਹੜੀ ਬੀੜ ਆ, ਅਬੋਹਰ ਦੇ ਵਿੱਚ 1993 ਦੇ ਵਿੱਚ ਬਣੀ। ਝੱਜਰ ਵਿਚੋਲੀ ਦੇ ਵਿੱਚ 1998 ਦੇ ਵਿੱਚ ਸਥਾਪਿਤ ਹੋਈ। ਕਥਲੌਰ ਕੁਸ਼ਲਿਆ ਜਿਹੜੀ ਆ, ਇਹ ਗੁਰਦਾਸਪੁਰ ਦੇ ਵਿੱਚ 2007 ਦੇ ਵਿੱਚ ਬਣੀ ਆ। ਨੰਗਲ ਦੇ ਵਿੱਚ 2009 ਦੇ ਵਿੱਚ ਬਣੀ ਆ। ਹੁਣ ਗੱਲ ਕਰਾਂਗੇ ਅਸੀਂ ਪੰਜਾਬ 'ਚ ਸਥਿਤ ਚਿੜੀਆਘਰ, ਜੂਲੋਜੀਕਲ ਪਾਰਕਸ। ਪਹਿਲਾ ਚਿੜੀਆਘਰ ਆ ਮਹਿੰਦਰ ਚੌਧਰੀ ਚਿੜੀਆਘਰ, ਮੋਹਾਲੀ ਸ਼ਹਿਰ ਦੇ ਵਿੱਚ ਸਥਿਤ ਆ। ਲੁਧਿਆਣਾ ਦਾ ਚਿੜੀਆਘਰ ਟਾਈਗਰ ਸਫਾਰੀ ਇਹ ਵੀ ਲੁਧਿਆਣਾ 'ਚ ਆ। ਡੀਅਰ ਪਾਰਕ ਬੀੜ ਮੋਤੀ ਬਾਗ ਇਹ ਪਟਿਆਲਾ ਦੇ ਵਿੱਚ ਮੌਜੂਦ ਆ। ਡੀਅਰ ਪਾਰਕ ਨੀਲੋਂ ਇਹ ਲੁਧਿਆਣਾ ਦੇ ਵਿੱਚ ਮੌਜੂਦ ਆ, ਅਤੇ ਡੀਅਰ ਪਾਰਕ ਬੀੜ ਤਲਾਬ ਇਹ ਬਠਿੰਡਾ ਦੇ ਵਿੱਚ ਮੌਜੂਦ ਆ। ਹੁਣ ਬੋਟੈਨੀਕਲ ਗਾਰਡਨਸ ਦੀ ਗੱਲ ਕਰੀਏ ਅਸੀਂ, ਬਾਰਾਦਰੀ ਗਾਰਡਨ ਆ ਜਿਹੜਾ ਉਹ ਪਟਿਆਲਾ ਦੇ ਵਿੱਚ ਮੌਜੂਦ ਆ। ਆਮ ਖਾਸ ਬਾਗ ਸਰਹੰਦ ਦੇ ਵਿੱਚ ਮੌਜੂਦ ਆ। ਕੈਮਾ ਬਨਸਪਤੀ ਬਾਗ ਕਪੂਰਥਲਾ ਦੇ ਵਿੱਚ ਮੌਜੂਦ ਆ।
ਸ਼ਾਲੀਮਾਰ ਬਨਸਪਤੀ ਬਾਗ ਵੀ ਕਪੂਰਥਲਾ ਦੇ ਵਿੱਚ ਮੌਜੂਦ ਆ। ਰਾਮ ਬਾਗ ਬਨਸਪਤੀ ਬਾਗ ਆ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਆਉਂਦਾ ਏ। ਕਮਿਊਨਿਟੀ ਰਿਜ਼ਰਵ ਅਤੇ ਕੰਜ਼ਰਵੇਸ਼ਨ ਰਿਜ਼ਰਵ ਜਿਹੜੇ ਪੰਜਾਬ ਦੇ ਨੇ ਉਹਨਾਂ ਦੀ ਗੱਲ ਕਰਦੇ ਹਾਂ ਅਸੀਂ। ਲਾਲਵਾਂ ਕਮਿਊਨਿਟੀ ਰਿਜ਼ਰਵ ਲਾਲਵਾਂ ਏ ਜਿਹੜਾ ਉਹ ਜ਼ਿਲ੍ਹਾ ਹੁਸ਼ਿਆਰਪੁਰ 'ਚ ਸਥਿਤ ਆ। ਇਹਦੇ ਕੰਜ਼ਰਵੇਸ਼ਨ ਰਿਜ਼ਰਵ ਜਿਹੜਾ ਰੱਖ ਸਰਾਏ ਅਮਾਨਤ ਖਾਨ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਸਥਿਤ ਆ। ਜਿਹੜਾ ਕੇਸ਼ੋਪੁਰ ਚੰਬਾ ਕਮਿਊਨਿਟੀ ਰਿਜ਼ਰਵ ਆ ਉਹ ਜ਼ਿਲ੍ਹਾ ਗੁਰਦਾਸਪੁਰ 'ਚ ਆ। ਕੰਜ਼ਰਵੇਸ਼ਨ ਰਿਜ਼ਰਵ ਆ ਜਿਹੜਾ ਰੋਪੜ ਵੈਟਲੈਂਡ ਉਹ ਜ਼ਿਲ੍ਹਾ ਰੋਪੜ ਦੇ ਵਿੱਚ ਮੌਜੂਦ ਆ। ਸਿਸਵਾ ਜ਼ਿਲ੍ਹਾ SSA ਨਗਰ ਦੇ ਵਿੱਚ ਮੌਜੂਦ ਆ। ਅਤੇ ਬਿਆਸ ਦਰਿਆ ਜਿਹੜਾ ਬਿਆਸ ਦਰਿਆ ਦੇ ਖੇਤਰ ਪੰਨੀਵਾਲਾ ਗੁਜਮਲ ਹਰੀਪੁਰਾ ਦੀਵਾਨ ਖੇੜਾ ਇਹ ਕਮਿਊਨਿਟੀ ਰਿਜ਼ਰਵ ਨੇ ਜਿਹੜੇ ਇਹ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਸਥਿਤ ਨੇ। ਅਤੇ ਰਣਜੀਤ ਸਾਗਰ ਕੰਜ਼ਰਵੇਸ਼ਨ ਰਿਜ਼ਰਵ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਥਿਤ ਆ। ਪੰਜਾਬ ਦੀ ਮਿੱਟੀ ਦੀ ਗੱਲ ਕਰੀਏ ਜੇ ਵੇਟ ਦੀ ਮਿੱਟੀ ਆ ਜਿਹੜੀ ਵੇਟ ਮਿੱਟੀ ਆ ਉਹ ਖਾਦਰ ਦੇ ਮੈਦਾਨ ਨੇ। ਹੁੰਮਸ ਅਤੇ ਫਾਸਫੋਰਸ ਦੀ ਘਾਟ ਕਰਕੇ ਘਾਟ ਆ ਇਹਦੇ ਵਿੱਚ। ਅਤੇ ਰੰਗ ਇਹਦਾ ਪੀਲੇ ਤੋਂ ਭੂਰਾ ਹੁੰਦਾ ਏ, ਪੀਲੇ ਤੋਂ ਭੂਰਾ ਪੀਲਾ ਹੁੰਦਾ ਏ। ਅਤੇ ਮੁੱਖ ਫਸਲਾਂ ਇਹਦੇ 'ਚ ਆਉਂਦੀਆਂ ਨੇ ਝੋਨਾ, ਕਣਕ, ਗੰਨਾ ਅਤੇ ਸਬਜ਼ੀਆਂ। ਅੱਗੇ ਥੋੜ੍ਹੀ ਜਿਹੀ ਗੱਲ ਕਰਾਂਗੇ ਅਸੀਂ ਚੀਕਣੀ ਮਿੱਟੀ ਦੀ। ਜਿਹੜਾ ਪੰਜਾਬ ਆ ਉਹਦਾ 25% ਹਿੱਸੇ ਦੇ ਵਿੱਚ ਚੀਕਣੀ ਮਿੱਟੀ ਆ। ਮੁੱਖ ਤੌਰ 'ਤੇ ਬਾਰੀ ਦੁਆਬ ਵਿੱਚ ਮਿਲਦੀ ਆ। ਮਾਲਵਾ ਖੇਤਰ ਵਿੱਚ ਕੁਝ ਪੈਚ ਮਿਲਦੇ ਨੇ। SBS ਨਗਰ ਅਤੇ ਹੁਸ਼ਿਆਰਪੁਰ ਦੇ ਦੱਖਣੀ ਹਿੱਸੇ ਦੇ ਵਿੱਚ ਵੀ ਮਿਲਦੀ ਆ। ਇਹ 'ਚ ਪੱਥਰ ਪਾਏ ਜਾਂਦੇ ਨੇ ਜਿਹੜੇ ਫਸਲ ਦੀ ਕਟਾਈ ਨੂੰ ਪ੍ਰਭਾਵਿਤ ਕਰਦੇ ਨੇ। ਲਾਲ ਤੋਂ ਪੀਲਾ ਦਾ ਰੰਗ ਆ ਕਣਕ ਅਤੇ ਝੋਨਾ ਇਹਦੇ ਵਿੱਚ ਫਸਲ ਹੁੰਦੀਆਂ ਨੇ। ਫਿਰ ਰੇਤਲੀ ਮਿੱਟੀ ਆ, ਮੁੱਖ ਤੌਰ 'ਤੇ ਦੱਖਣੀ ਪੂਰਬੀ ਪੰਜਾਬ ਵਿੱਚ ਮਿਲਦੀ ਆ। ਇਹ ਦੱਖਣੀ ਕੇਂਦਰੀ ਪੰਜਾਬ ਵਿੱਚ ਕੁਝ ਪੈਚ ਮਿਲਦੇ ਨੇ। ਇਹਦੇ ਜੈਵਿਕ ਤੱਤ ਅਤੇ NPK ਹੁੰਦੀ ਆ ਪੀਲੇ ਤੋਂ ਸਲੇਟੀ ਰੰਗ ਦੀ। ਕਣਕ, ਕਪਾਹ, ਬਾਜਰਾ, ਦਾਲਾਂ ਇਹਦੇ ਵਿੱਚ ਫਸਲਾਂ ਹੁੰਦੀਆਂ ਨੇ। ਮਾਰੂਥਲੀ ਮਿੱਟੀ ਰਾਜ ਦਾ 11% ਹਿੱਸਾ ਆਉਂਦਾ ਇਹਦੇ ਵਿੱਚ। ਦੱਖਣੀ ਪੰਜਾਬ ਵਿੱਚ ਪੈਚ ਅਤੇ ਜ਼ਿਆਦਾਤਰ ਰੇਤਲੀ ਮਿੱਟੀ ਦੇ ਨਾਲ ਲੱਗਦੇ ਖੇਤਰ ਵਿੱਚ ਮਿਲਦੀ ਆ। ਜਲੰਧਰ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਮਾਰੂਥਲੀ ਖੇਤੀ ਮਿੱਟੀ ਆ ਜਿਹੜੀ ਉਹ ਮਿਲਦੀ ਆ। ਹੁੰਮਸ ਅਤੇ NPK ਦੀ ਮਾਤਰਾ ਹੁੰਦੀ ਆ। ਪੀਲੇ ਤੋਂ ਹਲਕਾ ਭੂਰਾ ਰੰਗ ਕਪਾਹ, ਨਿੰਬੂ, ਫਲ, ਤੇਲ, ਬੀਜ, ਕਣਕ, ਬਾਜਰਾ, ਚਾਰਾ ਆਦਿ ਜਿਹੜਾ ਇਹਦੇ ਵਿੱਚ ਉਗਾਇਆ ਜਾ ਸਕਦਾ ਹੈ। ਕੰਡੀ ਮਿੱਟੀ ਪੰਜਾਬ ਸ਼ਿਵਾਲਿਕ ਦੇ ਹੇਠਲੇ ਹਿੱਸੇ ਵਿੱਚ ਪੋਟਾਸ਼, ਚੂਨਾ, ਭੂਰੇ ਤੋਂ ਸਲੇਟੀ ਰੰਗ ਦੀ ਜੰਗਲ ਦੀ ਜਿਹੜੀ ਮਿੱਟੀ ਹੁੰਦੀ ਆ ਇਹਦੇ ਵਿੱਚ ਜੰਗਲ ਹੁੰਦਾ ਹੈ। ਸਿਰੋਜ਼ੈਮ 25% ਜਿਹੜਾ ਰਾਜ ਦਾ ਖੇਤਰ ਆ ਉਹ ਸਿਰੋਜ਼ੈਮ ਦੇ ਅਧੀਨ ਆਉਂਦਾ ਹੈ। ਮਾਲਵਾ ਖੇਤਰ ਬਾਰੀ ਦੁਆਬ ਦਾ ਹਿੱਸਾ ਇਸ ਮਿੱਟੀ ਦੁਆਰਾ ਕਵਰ ਕੀਤਾ ਗਿਆ ਹੈ। ਔਰਗੈਨਿਕ ਮੈਟਰ ਹੁੰਦਾ ਇਹਦੇ ਵਿੱਚ। ਸਲੇਟੀ ਰੰਗਤ ਅਤੇ ਕਣਕ ਦੀ ਫਸਲ ਲਈ ਚੰਗੀ ਹੈ ਇਹ। ਅੱਗੇ ਪਾਦਜੌਲਿਕ ਸ਼ਿਵਾਲਿਕ ਦੇ ਉੱਪਰਲੇ ਖੇਤਰ ਦੀ ਮਿੱਟੀ ਆ। ਹੁੰਮਸ ਹੁੰਦਾ ਇਹਦੇ 'ਚ, ਲਾਲ ਭੂਰਾ ਰੰਗ ਹੁੰਦਾ ਅਤੇ ਜੰਗਲ ਇਹਦੇ ਵਿੱਚ ਹੁੰਦਾ ਹੈ। ਖਾਰੀ ਮਿੱਟੀ ਮੱਧ ਪੱਛਮੀ ਪੰਜਾਬ, ਮੱਧ ਦੱਖਣੀ ਪੰਜਾਬ ਵਿੱਚ ਪੈਚ। ਨਾਈਟ੍ਰੋਜਨ ਦੀ ਮਾਤਰਾ, ਕੈਲਸ਼ੀਅਮ ਅਤੇ ਹੁੰਮਸ, ਕਪਾਹ ਅਤੇ ਅਨਾਜ ਇਹਦੇ ਵਿੱਚ ਹੁੰਦਾ ਹੈ। ਹੁਣ ਅੱਗੇ ਅਸੀਂ ਗੱਲ ਕਰਾਂਗੇ ਬਾਇਓਡਾਇਵਰਸਿਟੀ ਹੈਰੀਟੇਜ ਸਾਈਟਸ ਕਿਹੜੀਆਂ ਨੇ। ਧਿਆਨ ਨਾਲ ਤੁਸੀਂ ਇਹ ਚੀਜ਼ਾਂ ਕਰਨੀਆਂ ਨੇ।
ਬਾਇਓਡਾਇਵਰਸਿਟੀ ਹੈਰੀਟੇਜ ਸਾਈਟਸ ਅੰਬ ਦੀਆਂ ਵਧੀਆ ਕਿਸਮਾਂ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇਨਾਮੀ ਬਾਗ ਸਥਾਪਿਤ ਆ। ਪਠਾਨਕੋਟ ਜ਼ਿਲ੍ਹੇ ਵਿੱਚ ਛੱਤਪਤ ਬਾਣੀ ਇੱਕ ਕਮਿਊਨਿਟੀ ਹਾਲ ਪਵਿੱਤਰ ਬਾਗ ਆ। ਹਰੀਕੇ ਜੰਗਲੀ ਜੀਵ ਸੈਂਚਰੀ ਦੇ ਬਾਹਰ ਪੈਂਦੇ ਪਿੰਡ ਗਗਲੇਵਾਲ ਤੋਂ ਗੋਇੰਦਵਾਲ ਸਾਹਿਬ ਬਿਆਸ ਦਰਿਆ ਵਿੱਚ ਸਿੰਧੂ ਘਾਟੀ ਡੋਲਫਿਨ ਦੀ ਸੰਭਾਲ ਲਈ ਸਥਿਤ ਆ। ਤਾਂ ਇਹ ਬਾਇਓਡਾਇਵਰਸਿਟੀ ਹੈਰੀਟੇਜ ਸਾਈਟਸ ਨੇ ਪੰਜਾਬ ਦੇ ਵਿੱਚ। ਅਰਬਨ ਬਾਇਓਡਾਇਵਰਸਿਟੀ ਹੈਰੀਟੇਜ ਸਾਈਟਾਂ ਕਿਹੜੀਆਂ ਨੇ? ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆਮ ਖਾਸ ਬਾਗ ਅਤੇ ਰਾਮ ਬਾਗ। ਸਿੰਬਲ ਦੇ ਰੁੱਖਾਂ ਅਤੇ ਫਰਨਾਂ ਦੀ ਬਾਰਾਂਦਰੀ ਦਾ ਲਈ ਬਾਰਾਂਦਰੀ ਬਾਗ ਆ ਪਟਿਆਲੇ ਵਿੱਚ। ਸ਼ਾਲੀਮਾਰ ਬਾਗ ਕਪੂਰਥਲਾ ਅਤੇ ਰਾਇਲ ਗਾਰਡਨ ਫਰੀਦਕੋਟ ਦੇ ਵਿੱਚ ਮੌਜੂਦ ਆ। ਹੁਣ ਜੰਗਲਾਂ ਦੀ ਗੱਲ ਕਰੀਏ ਜੇ ਤਾਂ ਰਾਖਵੇਂ ਜਿਹੜੇ ਜੰਗਲਾਤ ਨੇ ਉਹ 1.43% ਹਿੱਸਾ ਨੇ ਜਿਹੜੇ 44 ਵਰਗ ਕਿਲੋਮੀਟਰ ਦੇ ਅਧੀਨ ਆਉਂਦੇ ਨੇ। ਅਤੇ ਸੁਰੱਖਿਅਤ ਜੰਗਲਾਤ ਦੀ ਗੱਲ ਕਰੀਏ ਅਸੀਂ ਜੇ 36.87% ਏਰੀਆ ਕਵਰ ਕਰਦੇ ਨੇ ਅਤੇ 1137 ਵਰਗ ਕਿਲੋਮੀਟਰ ਦੇ ਅੰਦਰ ਆਉਂਦੇ ਨੇ। ਅਤੇ ਅਭਿਗ੍ਰਿਤ ਜੰਗਲਾਤ ਨੇ ਜਿਹੜੇ ਉਹ 1903 ਵਰਗ ਕਿਲੋਮੀਟਰ ਦੇ ਵਿੱਚ ਅਤੇ 61.70% ਏਰੀਆ ਕਵਰ ਕਰਦੇ ਨੇ ਅਤੇ ਕੁੱਲ ਜਿਹੜਾ ਇਹ 3084 ਵਰਗ ਕਿਲੋਮੀਟਰ ਏਰੀਆ ਹੈ ਜਿਹੜਾ ਉਹ ਜੰਗਲਾਤ ਦੇ ਵਿੱਚ ਆਉਂਦਾ ਹੈ। ਰਾਜ ਦੇ ਭੂਗੋਲਿਕ ਖੇਤਰ ਦਾ ਕੀ ਹੈ? 6.12% ਹਿੱਸਾ। ਅੱਗੇ ਜੰਗਲ ਜ਼ਿਲ੍ਹੇ ਵਿੱਚ ਜੰਗਲਾਤ ਕਵਰ ਦੀ ਘਣਤਾ ਕਿੰਨੀ ਆ? ਇੱਕ ਏਰੀਆ ਇੱਕ ਘਣਤਾ, ਦੋ ਹੀ ਚੀਜ਼ਾਂ ਦਾ ਫਰਕ ਆ। ਉੱਚਤਮ ਘਣਤਾ ਵਾਲਾ ਏਰੀਆ ਜਿਹੜਾ ਉਹ ਹੁਸ਼ਿਆਰਪੁਰ ਹੈ ਜਿਹਦੇ ਵਿੱਚ 21.4% ਜਿਹੜਾ ਹੈ ਪ੍ਰਤੀਸ਼ਤ ਹਿੱਸਾ ਜਿਹੜਾ ਹੈ ਉਹ ਜੰਗਲਾਤ ਕਵਰ ਕਰਦਾ ਹੈ। ਦੂਜਾ ਹੈ ਜਿਹੜਾ ਉਹ ਰੋਪੜ ਡਿਸਟ੍ਰਿਕਟ ਆਉਂਦਾ ਹੈ ਜਿਹਦੇ ਵਿੱਚ 19.3% ਏਰੀਆ। ਤੀਸਰੀ ਘਣਤਾ ਹੈ ਜਿਹੜੀ ਉਹ SAS ਨਗਰ ਦੀ ਆ ਜਿਹਦੇ ਵਿੱਚ 12.9%। ਸਭ ਤੋਂ ਘੱਟ ਆ ਜਿਹੜਾ ਉਹ ਫਤਿਹਗੜ੍ਹ ਸਾਹਿਬ ਆ ਜਿਹਦੇ ਪਿੰਡ ਵਿੱਚ 0.32% ਆ ਜਿਹੜਾ ਉਹ ਹਿੱਸਾ ਜੰਗਲਾਤ ਕਵਰ ਦੀ ਘਣਤਾ ਹੈ। ਅੱਗੇ ਅਸੀਂ ਦੇਖੀਏ ਤਾਂ ਖਾਸ ਪਹਾੜੀ ਪਾਸ ਆ ਇਹਦੇ ਵਿੱਚ ਖੈਬਰ ਪਾਸ ਆਉਂਦਾ ਹੈ ਪਹਿਲੇ ਨੰਬਰ 'ਤੇ। ਖੈਬਰ ਪਾਸ ਇੱਕ ਪਹਾੜੀ ਰਸਤਾ ਹੈ ਜੋ ਅਫਗਾਨਿਸਤਾਨ ਦੀ ਸਰਹੱਦ ਅਤੇ ਪਾਕਿਸਤਾਨ ਖੈਬਰ ਪਖਤੂਨਖਵਾ ਸੂਬਾ ਵਿੱਚ ਸਥਿਤ ਆ। ਇਹ ਲਾਂਡੀ ਕੋਟਲ ਕਸਬੇ ਨੂੰ ਜਮਰੂਦ ਵਿਖੇ ਪੇਸ਼ਾਵਰ ਦੀ ਘਾਟੀ ਨਾਲ ਜੋੜਦਾ ਹੈ। ਇਹ ਪਾਸ ਪ੍ਰਾਚੀਨ ਸਿਲਕ ਰੋਡ ਦਾ ਇੱਕ ਹਿੱਸਾ ਸੀ। ਇਸ ਦਾ ਲੰਬੇ ਸਮੇਂ ਤੋਂ ਯੂਰੇਸ਼ੀਆ ਵਪਾਰ ਲਈ ਕਾਫੀ ਸੱਭਿਆਚਾਰਕ, ਆਰਥਿਕ ਅਤੇ ਭੂ ਰਾਜਨੀਤਿਕ ਮਹੱਤਵ ਸੀ। ਹੁਣ ਖੈਬਰ ਪਾਸ ਬਾਰੇ ਤੁਸੀਂ ਇਹ ਨੌਲੇਜ ਲੈਣੀ ਆ। ਅੱਗੇ ਹੈਗਾ ਖੇਤਰ, ਇਹ ਜਿਹੜਾ ਖੈਬਰ ਪਾਸ ਆ ਖੇਤਰ 'ਤੇ ਹੋਣ ਵਾਲੇ ਹਮਲੇ ਮੁੱਖ ਤੌਰ 'ਤੇ ਖੈਬਰ ਪਾਸ ਦੁਆਰਾ ਕੀਤੇ ਗਏ ਸਨ, ਜਿਵੇਂ ਕਿ ਸਾਇਰਸ, ਦਾਰਿਆਸ 1, ਚੈਂਗਿਸ ਖਾਨ ਅਤੇ ਬਾਅਦ ਵਿੱਚ ਮੰਗੋਲਾਂ ਦੁਆਰਾ ਕੀਤੇ ਗਏ ਹਮਲੇ। ਭਾਰਤੀ ਉਪ ਮਹਾਂਦੀਪ ਦੇ ਮੁਸਲਿਮ ਹਮਲਿਆਂ ਵਿੱਚ ਖੈਬਰ ਪਾਸ ਰਾਹੀਂ ਆਉਣ ਵਾਲੇ ਪ੍ਰਸਿੱਧ ਹਮਲਾਵਰਾਂ ਵਿੱਚ ਮਹਿਮੂਦ ਗਜ਼ਨਵੀ, ਅਫਗਾਨ ਮੁਹੰਮਦ ਗੌਰੀ ਅਤੇ ਤੁਰਕੀ ਮੰਗੋਲ ਸਨ। ਅੰਤ ਵਿੱਚ ਰਣਜੀਤ ਸਿੰਘ ਦੇ ਅਧੀਨ ਸਿੱਖਾਂ ਨੇ 1834 ਵਿੱਚ ਖੈਬਰ ਰਾਹ 'ਤੇ ਕਬਜ਼ਾ ਕਰ ਲਿਆ। ਸਿੱਖ ਜਰਨੈਲ ਹਰੀ ਸਿੰਘ ਨਲਵਾ, ਜੋ ਕਈ ਸਾਲ ਖੈਬਰ ਦਰੇ 'ਤੇ ਤੈਨਾਤ ਰਿਹਾ, ਅਫਗਾਨਿਸਤਾਨ ਵਿੱਚ ਇੱਕ ਘਰੇਲੂ ਨਾਮ ਬਣ ਗਿਆ।
ਤਾਂ ਇਹ ਖੈਬਰ ਪਾਸ ਆ, ਇਹ ਜਿਹੜਾ ਪੰਜਾਬ ਦੇ ਵਿੱਚ ਸ਼ਾਮਿਲ ਹੋਣ ਦਾ ਰਸਤਾ, ਪਹਾੜੀ ਰਸਤਾ ਅਸੀਂ ਇਹਨੂੰ ਕਹਿ ਸਕਦੇ ਹਾਂ। ਅੱਗੇ ਹੈਗਾ ਗੋਮਲ ਪਾਸ, ਗੋਮਲ ਪਾਸ ਦੇ ਵਿੱਚ ਅਫਗਾਨਿਸਤਾਨ ਅਤੇ ਦੱਖਣੀ ਵਜ਼ਰਿਸਤਾਨ ਦੇ ਦੱਖਣੀ ਪੂਰਬੀ ਹਿੱਸੇ ਵਿਚਾਲੇ ਪਾਕਿਸਤਾਨ ਦੇ ਕਬੀਲੇ ਖੇਤਰਾਂ ਵਿਚਾਲੇ ਡੁਰਾਂਡ ਲਾਈਨ ਸਰਹੱਦ 'ਤੇ ਇੱਕ ਪਹਾੜੀ ਰਾਹ ਏ। ਕਿੱਥੇ ਸਥਿਤ ਹੈ ਇਹ? ਇਹ ਅਫਗਾਨਿਸਤਾਨ ਵਿੱਚ ਗਜ਼ਨੀ ਨੂੰ ਪਾਕਿਸਤਾਨ ਦੇ ਟੈਂਕ ਅਤੇ ਡੇਰਾ ਇਸਮਾਇਲ ਖਾਨ ਨੂੰ ਜੋੜਦਾ ਏ। ਇਹਦਾ ਨਾਮ ਗੋਮਲ ਨਦੀ ਤੋਂ ਰੱਖਿਆ ਗਿਆ। ਪ੍ਰਸਿੱਧ ਖੈਬਰ ਪਾਸ ਅਤੇ ਬੋਲਾਨ ਪਾਸ ਦੇ ਵਿਚਕਾਰ ਇਹ ਗੋਮਲ ਪਾਸ, ਅੱਗੇ ਬੋਲਾਨ ਪਾਸ ਆ। ਬੋਲਾਨ ਪਾਸ ਆ ਜਿਹੜਾ ਇੱਕ ਪਹਾੜੀ ਰਾਹ ਏ ਜੋ ਪੱਛਮੀ ਪਾਕਿਸਤਾਨ ਵਿੱਚ ਬਲੋਚਿਸਤਾਨ ਪ੍ਰਾਂਤ ਦੇ ਟੋਭਾ ਕੱਕੜ ਖੇਤਰ ਵਿੱਚੋਂ ਲੰਘਦਾ ਏ। ਵਪਾਰੀ ਹਮਲਾਵਰਾਂ ਅਤੇ ਫਿਰਨ ਵਾਲੇ ਕਬੀਲਿਆਂ ਨੇ ਵੀ ਇਸ ਨੂੰ ਦੱਖਣੀ ਏਸ਼ੀਆ ਵਿੱਚ ਜਾਣ ਲਈ ਇੱਕ ਗੇਟਵੇ ਵਜੋਂ ਵਰਤਿਆ ਹੈ। 1748 ਵਿੱਚ ਅਫਗਾਨਿਸਤਾਨ ਦੇ ਰਾਜਾ ਅਹਿਮਦ ਸ਼ਾਹ ਦੁਰਾਨੀ ਨੇ ਰਵਾਇਤੀ ਖੈਬਰ ਰਸਤੇ ਤੋਂ ਇਲਾਵਾ ਬੋਲਾਨ ਪਾਸ ਦੀ ਵਰਤੋਂ ਕਰਕੇ ਭਾਰਤ 'ਤੇ ਹਮਲਾ ਕੀਤਾ। ਤੋਚੀ ਪਾਸ ਦੀ ਗੱਲ ਕਰੀਏ ਅਸੀਂ ਤਾਂ ਤੋਚੀ ਪਾਸ ਆ ਜਿਹੜਾ ਉਹ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸਥਿਤ ਆ। ਇਹ ਪਾਕਿਸਤਾਨ ਵਿੱਚ ਬੰਨੂ ਨੂੰ ਅਫਗਾਨਿਸਤਾਨ ਵਿੱਚ ਗਜ਼ਨੀ ਨਾਲ ਜੋੜਦਾ ਏ। ਇਹ ਸੀ ਥਿਊਰੀ ਪਾਰਟ ਜਿਹੜਾ ਪੰਜਾਬ ਦੇ ਭੂਗੋਲ ਬਾਰੇ ਜਾਣਿਆ ਸੀ, ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਪੰਜਾਬ ਬਾਰੇ, ਜਿਹੜੇ ਬਾਰੇ ਅਸੀਂ ਪੜ੍ਹਨਾ ਏ, ਸਾਡੇ ਪੰਜਾਬ ਦਾ ਭੂਗੋਲਿਕ ਏਰੀਆ ਕਿਹੜਾ ਏ, ਕਿਹੜੇ ਨਦੀਆਂ ਨਾਲ ਏ, ਕਿਹੜਾ ਜੰਗਲ, ਕਿਹੜੇ ਰੁੱਖ, ਕਿਹੜੀ ਮਿੱਟੀ, ਕਿਸ ਤਰ੍ਹਾਂ ਦਾ ਏਰੀਆ ਏ, ਤਾਂ ਇਹ ਸਾਰੀ ਨੌਲੇਜ ਆ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਆ। ਅਤੇ MCQ ਨੇ ਜਿਹੜੇ ਅਸੀਂ ਵਨ ਵਰਡ ਆਂਸਰ ਦੇ ਰੂਪ ਦੇ ਵਿੱਚ ਅਸੀਂ ਕਰਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਇਹਦੇ, ਤਾਂ ਬਣੇ ਰਹੋ ਚੈਨਲ ਦੇ ਨਾਲ, ਫਿਰ ਮਿਲਦੇ ਹਾਂ। ਓਕੇ, ਥੈਂਕਸ।